ਜੋਰ ਦੀ ਪੁਲੀ ਚੱਲਦੇ ਹਨ ਪਾਲੇ ਦੇ ਪੈਰ ਲਿਬੜੇ ਪੈਣੇ ਕੈਰੀਅਰ ਉਹ ਹੁਣ ਸਨੋਹ ਰਹੀ ਨਹੀਂ ਨਾ ਤਾਂ ਸਨੋਹ ਚ ਤਾਂ ਸਾਫ਼ ਰਹਿੰਦੇ ਆ ਉਹ ਤਿੰਨ ਜਾਣੇ ਉੱਤਰੇ ਥੱਲੇ ਪੈਰ ਘੁੰਮ ਕੇ ਨਾ ਉਹ ਏਸੀ ਵਾਲੇ ਨੇ ਚੋਬਰ ਹੋਰ ਏਸੀ ਵਾਲੇ ਨੇ ਚੋਬਰ ਉਹ ਇੱਥੇ ਉੱਤਰ ਜਾਓ ਬਸ ਇੱਥੇ ਚੱਕ ਲਓ ਕਹਿੰਦਾ ਹੀ ਆ ਬਈ ਥੱਲੇ ਨਾ ਜਾਈਓ ਥੱਲੇ ਨਾ ਜਾਈਓ ਥੱਲੇ ਨਾ ਜਾਈ ਭੈਣ ਦੀ ਥੱਲੇ ਨੂੰ ਉੱਡ ਜਾ ਬੈਠ ਜਾ ਨਹੀਂ ਸਾਰਾ ਵਾ ਕਹਿੰਦਾ ਕਿ ਹੈ ਉਹ ਅਗਲੇ ਤੇ ਉੱਤਰੇ ਆ ਹੋ ਗਿਆ ਉਹ ਮੈਂ ਨਾ ਕਰ ਲਿਆ ਕਿੱਧਰ ਗਿਆ ਬੰਦਾ ਬੰਦਾ ਇੱਧਰ ਇੱਕ ਤਾਂ ਉੱਤਰ ਗਿਆ ਥੱਲੇ ਪਾਣੀ 'ਚ ਨਾ ਹੋ ਗਿਆ ਹੁਣ ਤਾਂ ਕੋਈ ਚੱਕਰ ਨਹੀਂ ਉਹ ਨਹੀਂ ਹੁਣ ਬਚ ਗਿਆ ਲੁੱਟ ਲੈਣ ਦਾ ਕਹਿ ਰਹੀ ਮੇਰੇ ਕੋਲ ਗੋਲੀਆਂ ਨਹੀਂ ਗਿਆ ਬਾਬੇ ਬੰਦੇ ਨਾ ਉਹ ਪਰਲੇ ਜਮਾ ਸਿਰੇ ਵਾਲੇ ਕੰਟੇਨਰਾਂ ਕੋਲੇ ਆ ਉਹਨੂੰ ਡੈਮੇਜ ਇੱਕ ਨੂੰ ਗਿਆ ਹੋਇਆ ਡੈਮੇਜ ਉਹ ਦੇਖ ਕੇ ਖੈਰੇ ਕਿੱਥੇ 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 ਖੈਰੇ ਹਾਂ ਹਾਂ ਦੇ ਆ ਲੱਗਾ ਕਵਰ ਕਰ ਕਰ ਬੰਦਾ ਕਿੱਥੇ ਪਰਲੇ ਸ਼ੇਡ ਬੰਦਾ ਉਹਦੇ ਪਰਲੇ ਵਾਚ ਆਊਟ ਕਰੀ ਕਰੀ ਲੋ ਹਾਂ ਵੇਟ ਕਰ ਮੋਟੀ ਬਸ ਚੰਗਾ ਨਹੀਂ ਬੋਲਦਾ ਹੁਣ ਇੱਧਰ ਮੇਰੀ ਸਾਈਡ ਤੋਂ ਹਾਂ ਹਾਂ ਇੱਧਰ ਆਈ ਗੱਡੀ ਚੰਗਾ ਨਹੀਂ ਬੋਲਦਾ ਚੰਗਾ ਯਾਰ ਕਿਹੜੀ ਫੋਨ ਰਹਿ ਗਿਆ ਇੱਕ ਹੋਰ ਆ ਕੋਈ ਮੁੱਕਿਆ ਮਰ ਇੱਥੇ ਰੱਖ ਪੈਣ ਦੀ ਗੈਰੀ ਘੱਟ ਆ ਕਿਤੇ ਮੈਨੂੰ ਫਿਨਿਸ਼ ਕਰ ਗਿਆ ਗੈਰੀ ਘੱਟ ਆ ਕਿਤੇ ਭਰਾ ਹੁਣ ਮੈਂ ਕੀ ਕਰਦਾ ਨਹੀਂ ਆਇਆ ਸਕਿਆ ਨਾ ਉਦੋਂ ਤੱਕ ਦੋ ਬੰਦੇ ਫਿਨਿਸ਼ ਹੋ ਗਿਆ ਆ ਫਿਨਿਸ਼ ਹੁੰਦੇ ਹੁੰਦੇ ਵਧੀਆ ਸੀ ਮਸਾ ਬਾਈ ਸੋਰੀ ਯਾਰ ਮਿਸਟੇਕ ਰਾਈਟ ਤੇ ਬੰਦਾ ਰੋਕੀ 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 ਰੋਕ ਲਾ ਲਾ ਦੇ ਗੱਡੀ ਚੋਂ ਹੀ ਲਾ ਤਾਂ ਗੱਡੀ ਚੋਂ ਜਦੋਂ ਉਹਨੇ ਰੋਕੀ ਉਦੋਂ ਲਾ ਲਿਆ ਉਹ ਮਤਲਬ ਨਹੀਂ ਹੈਗਾ ਕਿਸੇ ਨੂੰ ਕਿ ਅੱਗੇ ਮੇਰੀ ਕੀ ਯਾਰ ਬੰਦਾ ਮੂਰੇ ਦੇਖ ਕੇ ਕੀ ਇੱਜ਼ਤ ਰਹਿ ਜਾਂਦੀ ਹੈ ਕੀ ਨਹੀਂ ਉਹ ਅਗਲੇ ਨੂੰ ਕਿਸੇ ਨੂੰ ਕੋਈ ਮਤਲਬ ਨਹੀਂ ਹੈਗਾ ਰੁਕ ਜਾ ਰੁਕ ਜਾ ਰੁਕ ਜਾ ਪਿੱਛੇ ਇੱਧਰ ਰਾਈਟ ਸਾਈਡ ਤੇ ਮੋੜ ਲੈ ਇੱਧਰ ਇੱਧਰ ਇੱਥੇ ਇੱਥੇ ਕਿਤੇ ਖੜਾ ਵਾਚ ਆਊਟ ਇੱਥੋਂ ਰਜਦੇ ਉਹਦੇ ਹੋ ਕੇ ਮਾਰਦੇ ਆ ਜਾ ਬੀਟੀ ਵਾਲੇ ਆ ਬੀਟੀ ਵਾਲੇ ਆਪਣੇ ਆਪ ਨੂੰ ਕਵਰ 'ਚ ਰੱਖੀ ਠੀਕ ਹੈ ਮੈਂ ਵੀ ਇੱਧਰ ਕੋਸ਼ਿਸ਼ ਕਰਦਾ ਆਪਣੇ ਆਪ ਨੂੰ ਕਵਰ 'ਚ ਰੱਖਣ ਦੀ ਓਕੇ ਪੂਰੀ ਟੀਮ ਆ ਇੱਥੇ ਤੇ ਇੱਕ ਗੱਡੀ ਰਾਈਟ ਨੂੰ ਗਈ ਆ ਤੇ ਉਹ ਘਰ 'ਚ ਬੰਦੇ ਨੇ ਇੱਧਰ ਲੈਫਟ 'ਤੇ ਨਾ ਕੋਈ ਬੰਦਾ ਪਿਆ ਗੋਲੀਆਂ ਮਾਰ ਰਿਹਾ ਸੀ ਸਾਲਾ ਪਹਿਲਾਂ ਮਾਰ ਗਰੀ ਮਾਰ ਸਕਦਾ ਓ ਬਾਈ 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 ਓਏ ਬਾਈ ਓਏ ਓਏ ਬਾਈ ਓਏ ਤੇਰੇ ਵਾਲੇ ਇੱਕ ਹੋਰ ਆ ਰਿਹਾ ਆਈਏ ਗੈਰੀ ਗੈਰੀ ਬਸ ਗਿਆ ਆ ਗਿਆ ਭੈਣ ਦੀ ਤੇਰੀ ਦੇਖੀ ਦੱਸ ਤੇ ਨਸ਼ੇ
ਬ੍ਰਾਂਡ ਕਰਾਂ ਚਾ ਬੰਦਾ ਜਟਾ ਕਰਾਂ ਚਾ ਮਾਰਕ ਦ ਲੋਕੇਸ਼ਨ ਹਾਂ ਜੀ ਬਰੋ ਤਾਂ ਥੋੜਾ ਜਿਹਾ ਧਿਆਨ ਨਾਲ 1 ਮਿੰਟ ਰੁਕ ਜੀ ਬਸ ਆ ਲਾ ਲੈਂਦੇ ਹੈਲਥ ਜੀ M4 ਹੁੰਦੀ ਤਾਂ ਸ਼ਾਇਦ ਕਰ ਲੈਂਦਾ ਕੋਈ ਨਹੀਂ ਚੈਟ ਹੋ ਜਾਂਦਾ ਆਪਾਂ ਜ਼ੋਨ ਚ ਜਾਣਾ ਬ్రో ਪਿੱਛੇ ਚੱਲ ਗਏ ਜੀ ਜੀ ਜ਼ੋਨ ਚੱਲ ਜਾ ਲੂਟ ਕਰ ਲੋ ਇਹਨਾਂ ਦੇ ਲੂਟ ਕਰ ਪਰ ਪਹਿਲਾਂ ਇੱਕ ਵਾਰੀ ਡਾਸੀ ਹੋ ਗਈ ਸੀ ਉਧਰ ਨਾਈਸ ਨਾਈਸ ਇੱਦਾਂ ਕਰ ਮੈਂ ਪਿੱਛੇ ਰੋਕ ਕੇ ਪਿੱਛੇ ਰੋਕ ਕੇ ਕਰੀ ਆਮ ਨਾ ਦੇ ਮੈਂ ਕਹਿੰਦਾ ਤੂੰ ਪਿੱਛੇ ਪਿੱਛੇ ਰੋਕ ਕੇ ਆਪਾਂ ਚਿਕਨ ਡੈਨ ਕੱਟਾਂਗੇ ਉਹ ਬੰਦੇ 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 ਬਸ ਠੋਕ ਲਾ ਫਿਰ ਹੁਣ ਇੱਥੇ ਮੈਂ ਰੋਕ ਲਾ ਇੱਥੇ ਰੋਕ ਲਾ ਉੱਥੇ ਬੰਦਾ ਓ ਯਾਰ ਓਏ ਬ్రో ਕਿੱਦਾਂ ਬਚਾਏਗਾ ਤੂੰ ਮੈਨੂੰ ਨਹੀਂ ਬਚਾ ਸਕਦਾ ਬਾਬੇ ਹੁਣ ਤਾਂ ਸਾਲ ਮਾਰਨੀ ਪੈ ਗਈ ਨਿਸ਼ਾਲੇ ਨੇ ਮੈਨੂੰ ਵੀ ਲਾ ਦੇਣਾ ਸੀ ਉਹਨੇ ਆ ਕਿੱਧਰ ਦੀ ਮਾਰ ਇਹ ਕੋਈ ਹੋਰ ਕਿਹਦੇ ਚੱਕ ਇੱਧਰ ਇੱਧਰ ਦੀ ਸਾਈਡ ਲੱਗ ਇੱਥੇ ਜੇ ਲੱਗ ਰਿਹਾ ਬੰਦਾ ਹਾਏ ਇੰਨਾ ਵਧੀਆ ਮੈਚ ਚੱਲ ਰਿਹਾ ਸੀ ਮੇਰਾ ਹਾਏ ਹੋ ਜਾਂਦਾ ਅੱਗੇ ਦੀ ਕੋਈ ਨਹੀਂ ਬਹੁਤ ਕਿਲ ਕਰ ਲਏ 6 ਕਿਲ ਕੀਤੇ ਮੈਂ ਚੇਰਾ ਖੇਡ ਰਹੀ ਗਈ ਬੰਦਾ ਓਪਨ ਚ ਮੈਨੂੰ ਕਿਹਨੇ ਕੀਤਾ ਇਹ ਨਾਲ ਬਸ ਕਾਫ ਕਾਫ ਰਹਿਣਾ ਚਾਹੀਦਾ ਬੰਦੇ ਨੂੰ ਆਮ ਦਾ ਪਤਾ ਲੱਗਣਾ ਚਾਹੀਦਾ ਕਿਸੇ ਨੇ ਡ੍ਰੌਪ ਲੁੱਟਿਆ ਆਮ ਸੀਗੀ ਆ ਤੈਨੂੰ ਪਤਾ ਜਿੱਥੇ ਤੂੰ ਬੰਦਾ ਇੱਕ ਮਾਰ ਕੇ ਆ ਉੱਥੇ ਇੱਕ ਹੋਰ ਵੀ ਆ ਇੱਕ ਹੋਰ ਬੰਦਾ ਇੱਥੇ ਉਹਦੇ ਸਾਹਮਣੇ ਇਹ ਨੇੜ ਕੱਟੀ ਕਰਦੇ ਸੀ ਕੋਸ਼ਿਸ਼ ਕਰ ਰਿਹਾ ਸੀ ਕਹਿੰਦਾ ਜੇ ਥੋੜਾ ਜਿਹਾ ਹੋਰ ਲੇਟ ਹੋਇਆ ਕਿਆ ਪਤਾ ਨੇੜ ਮਾਰਨਾ ਚਾਰਜ ਕਿਹੜਾ ਉਹੀ ਮੈਂ ਕਹਿ ਲੱਗਿਆ ਜੀ ਚਾਰਜ ਕਿਸੇ ਨੇ ਉਤਾਰਿਆ ਕਿ ਉਹ ਲੈ ਵੀ M4 ਪੈ ਗਈ ਇੱਕ ਚਾਰ ਰਹਿ ਗਿਆ ਹੁਣ ਕੱਪੜੇ ਚੜ੍ਹਣ ਲੱਗ ਲਾ ਕੇ ਮੜੇ ਜਾ ਮੈਂ ਕੱਪੜੀ ਲਾ ਦਿੰਦਾ ਇਹਦੇ ਵੱਡੇ ਨੇ ਵੈਸੇ ਵੀ ਕੱਪੜੇ ਯਾਰ ਪਾਣੀ ਵੀ ਇੱਥੇ ਜੇ ਵੀ ਆਈ ਜਾਂਦੀ ਆ ਅਜੇ ਵੀ ਆਉਂਦੀ ਆ ਖੈਰ ਤੇਰੇ ਕੋਲ ਗਲਿਚ ਹੋ ਗਿਆ ਉਹ ਸਾਹਮਣੇ ਬੰਦਾ ਖੜਾ ਸਾਹਮਣੇ ਹੁਣ ਨੇੜ ਨੂੜ ਕਰਨਾ ਨੇੜ ਨਹੀਂ ਹੁਣ ਇਹਨਾਂ ਤੋਂ ਮਾਰਦਾ ਆਰੀਅਨ ਦੋ ਰਹਿ ਗਏ ਪੀਪੀ ਉਨੀ ਆ ਪੀਪੀ ਉਨੀ ਉਹ ਸਾਹਮਣੇ ਬੰਦਾ ਉਹ ਇਧਰ ਰਾਈਟ ਸਾਈਡ ਤੇ ਦੇਖ ਉਹ ਦਰਖਤ ਤੇ ਦਰਖਤ ਤੇ ਉਹ ਸਾਹਮਣੇ ਹਾਂ ਉੱਥੇ ਓਹ ਹੋ ਓਹ ਹੋ ਜੱਟਾ ਕੋਈ ਕੁਛ ਯਾਰ ਇੱਧਰ ਲੰਮਾ ਪਿਆ ਆ ਲੰਮਾ ਪਿਆ ਥੱਲੇ ਹਾਂ ਮੈਂ ਲੰਮੇ ਵਾਲੇ ਨੂੰ ਮਾਰੂੰ ਬ్రో ਪਹਿਲਾਂ ਕਵਰ ਚ ਆ ਜਾ ਕਵਰ ਚ ਹੋ ਜਾ ਕਵਰ ਚ ਹੋ ਜਾ ਕਵਰ ਚ ਹੋ ਜਾ ਉਹਦੇ ਕੋਲੇ ਵੀ ਆਉਂ ਓ ਮਾ ਕਵਰ ਤੇ ਹੋ ਜਾ ਅੱਜ ਪਤਾ ਲੱਗ ਜੂ ਬੇਲੀਆਂ ਦੇ ਜ਼ੋਰ ਦਾ ਓਏ ਭਾਈ ਸਾਹਿਬ ਓਹੋ ਮੇਰੇ ਵਾਲੇ ਕਹਣਾ ਹੋਇਆ ਸਾਲਾ ਵੱਡਾ ਬਟਨ ਕੀ ਓਏ ਪਿਕ ਰੋਟੇਟ ਕਰਕੇ ਗਿਆ ਰਾਈਟ ਤੇ ਹੁਣ ਤਾਂ ਨਹੀਂ ਹੁਣ ਕੱਢਣ ਦੇ ਰਾਈਟ ਤੇ ਵੀ ਰੋਟੇਟ ਕਰਕੇ ਗਿਆ ਹੋਇਆ ਬ్రో ਕੋਈ ਨਹੀਂ ਕੋਈ ਨਹੀਂ ਉਹੀ ਛੇੜ ਲੰਦੇ ਦੋ ਹੀ ਨੇ ਆਹੋ ਉਹਦੇ ਰਾਈਟ ਹਾਂ ਇੱਕ ਗਿੱਲੀ ਸੂਟ ਵਾਲਾ ਰੋਟੇਟ ਕਰਕੇ ਗਿਆ ਕਰ ਦਾ ਕਵਰ ਲੈ ਲੈ ਮੈਂ ਤੇ ਕਹਿੰਦਾ ਤੂੰ M4 ਮਾਰ ਨਾ ਐਡਾ ਫੈਂਸੀ ਕੰਮ ਕਰ
ਉਹਦੇ ਉਹਦੇ ਥੱਲੇ ਨੂੰ ਆ ਰਿਹਾ ਜੀ ਮੈਨੂੰ ਲੱਗਦਾ ਉੱਥੋਂ ਉਹ ਖੜਾ ਸਾਹਮਣੇ ਨਹੀਂ ਨਹੀਂ ਖੜ ਰਹਿੰਦੇ ਰਹਿੰਦੇ ਦੂਰ ਵਾਲੀ ਇੱਕ ਦੂਰ ਜ਼ੋਨ 'ਚ ਜਾਣਾ ਤੂੰ ਉੱਧਰ ਨਹੀਂ ਜਾਣਾ ਇੱਕ ਵਾਰੀ ਜ਼ੋਨ 'ਚ ਚੱਲ ਜਾ ਯਾਰ ਪੈਂਦੀ ਓਏ ਰਹਿਣ ਦੇ ਨਾ ਜ਼ੋਨ 'ਚ ਚੱਲ ਜਾ ਅੰਦਰ ਪੈ ਜ਼ੋਨ 'ਚ ਚੱਲ ਜਾ ਬ੍ਰੋ ਆਈਏ ਲੰਘ ਗਏ ਸਾਲੇ ਮੇਰੇ ਨੂੰ ਉਹਦੇ ਇੱਕ ਰਾਈਟ ਸਾਈਡ ਤੋਂ ਮਾਰੂਗਾ ਇੱਕ ਲੈਫਟ ਉਹਦੇ 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 ਆਹਾ ਓਏ ਭਾਈ ਇੱਕ ਰਾਈਟ ਸਾਈਡ ਤੋਂ ਜਾਊਗਾ ਇੱਕ ਤੇਰੇ ਲੈਫਟ ਸਾਈਡ ਤੋਂ ਹੋਊਗਾ ਤੂੰ ਧਿਆਨ ਰੱਖੀ ਇੱਧਰ ਲੈਫਟ ਵਾਲੇ ਨੂੰ ਲਾ ਪਹਿਲਾਂ ਉਹ ਹੀ ਆ ਓਏ ਹੋਏ ਪੈ ਨਹੀਂ ਲੱਗਦਾ ਜੀ ਮੈਂ ਇੱਥੇ ਪੈਣ ਲੱਗ ਮੈਂ ਇੱਥੇ ਆਉਣਾ ਚੱਲ ਧੱਕਾ ਹੋ ਗਿਆ ਧੱਕਾ ਹੋ ਗਿਆ ਧੱਕਾ ਹੋ ਗਿਆ ਇਕੱਲਾ ਸੀ ਕਹਿੰਦਾ ਇੱਕ ਸਾਲਾ ਜੋਨ ਵੀ ਉਹਨਾਂ ਦੀ ਬਣ ਗਿਆ ਖੁਦ ਦਾ